ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਅੱਗ ਭਰਉਂਦਿਆ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖਬਰ ਇਸ ਗੰਭੀਰ ਸੰਕਟ ਦਾ ਡਰ ਜੂਨ ਮਹੀਨੇ ਦੇ ਵਿੱਚ ਵਹਰਾਉਂਦੀ ਅੱਗ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖ਼ਬਰ ਹੈ ਕਿ ਪਸੀਨੇ ਛੁੜਾ ਰਹੀ ਇਸ ਗਰਮੀ ਦੇ ਸੀਜ਼ਨ ਦੌਰਾਨ ਸੂਬਾ ਵਾਸੀਆਂ ਨੂੰ ਬਿਜਲੀ ਦੇ ਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਇੰਜੀਨੀਅਰਾਂ ਨੇ ਸਰਕਾਰੀ ਵਟਸਐਪ ਗਰੁੱਪ ਛੱਡ ਦਿੱਤੇ ਹਨ ਤੇ ਬਿਜਲੀ ਦੀ ਮੰਗ 12800 ਮੀਗਾਵਾਟ ਪਾਰ ਕਰ ਗਈ ਹੈ ਪੀਐਸਸੀਬੀ ਇੰਜੀਨੀਅਰਜ਼ ਐਸੋਸੀਏਸ਼ਨ ਮੈਨੇਜਮੈਂਟ 21 ਜੂਨ ਤੱਕ ਅਲਟੀਮੇਟਮ ਦੇ ਕੇ ਆਪਣੀਆਂ ਮੰਗਾਂ ਮਨਜ਼ੂਰ ਕਰਨ ਲਈ ਦਿੱਤਾ ਸੀ ਪਰ ਉਸਨੇ ਦਾਵਾ ਕੀਤਾ ਕਿ ਮੈਨੇਜਮੈਂਟ ਨੇ ਉਹਨਾਂ ਦੀਆਂ ਮੰਗਾਂ ਹੀ ਨਹੀਂ ਪੂਰੀਆਂ ਕੀਤੀਆਂ ਪ੍ਰਧਾਨ ਜਸਵੀਰ ਸਿੰਘ ਤੀਮਾਨ ਅਤੇ ਜਨਰਲ ਸਕਤਰ ਅਜੀਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਸ਼ਾਮ 5 ਤੋਂ ਸਵੇਰੇ 9 ਵਜੇ ਤੱਕ ਆਪਣੇ ਸਰਕਾਰੀ ਮੋਬਾਈਲ ਬੰਦ ਰੱਖ ਕੇ ਰੋਸ ਜਤਾ ਰਹੇ ਸੀ ਪਰ ਹੁਣ ਸਰਕਾਰੀ ਵਟਸਐਪ ਗਰੁੱਪ ਵੀ ਛੱਡ ਦਿੱਤੇ ਨੇ ਫਤੇਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ ਆਮ ਲੋਕਾਂ ਤੋਂ ਲੈ ਕੇ ਸਿਆਸਤ ਤੱਕ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਾਦੀਆਂ ਤੋਂ ਵਿਧਾਇਕ ਫਤੇਜੰਗ ਸਿੰਘ ਬਾਜਵਾ ਦੇ بیٹے ਅਰਜੁਨ ਬਾਜਵਾ ਨੇ ਸਰਕਾਰੀ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਇਸ ਗੱਲ ਦਾ ਖੁਲਾਸਾ ਪੰਜਾਬ ਕਾਂਗਰਸ ਮਾਮਲੇ ਦੇ ਇਨਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਸ਼ਰਾਵਤ ਨੇ ਦਿੱਲੀ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਫਾਤੇ ਜੰਗ ਬਾਜਵਾ ਦੇ بیٹے ਅਰਜੁਨ ਬਾਜਵਾ ਨੂੰ ਪੁਲਿਸ ਵਿੱਚ ਸਬ ਇੰਸਪੈਕਟਰ ਅਤੇ ਰਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਵਜੋਂ ਤਰਸ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਸਵਾਲਾਂ ਦੇ ਘੇਰੇ ਵਿੱਚ ਘਿਰ ਚੁੱਕੇ ਸਨ ਦੋਸਤੋ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਦੁਆਰਾ ਘਰ-ਘਰ ਦਿੱਤੀ ਗਈ ਨੌਕਰੀ ਤੁਹਾਨੂੰ ਮਿਲੀ ਆ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਯੈਸ ਜਾਂ ਨੋ ਲਿਖ ਸਕਦੇ ਹੋ ਤੇ ਮੰਤਰੀਆਂ ਦੇ ਬੱਚਿਆਂ ਨੂੰ ਮੁੰਡਿਆਂ ਨੂੰ ਨੌਕਰੀ ਦੇਣਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਕੀਮਤੀ ਵਿਚਾਰ ਜਰੂਰ ਰੱਖੋ ਕਿਉਂਕਿ ਕੈਪਟਨ ਦੇ ਵਿਧਾਇਕ ਕਹਿ ਰਹੇ ਨੇ ਕਿ ਕਰੋੜਾਂਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣਾ ਸਰਾ ਸਰ ਗਲਤ ਹੈ ਮੱਝ ਖਰੀਦ ਕੇ ਪਰਤ ਰਹੇ ਨੌਜਵਾਨ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆ ਰਜੋਰੀ ਦੇ ਇੱਕ 24 ਸਾਲਾ ਨੌਜਵਾਨ ਮੱਝ ਖਰੀਦ ਕੇ ਘਰ ਪਰਤ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਉੱਤੇ ਗਊ ਤਸਕਰੀ ਦਾ ਦੋਸ਼ ਲਾ ਕੇ ਜਿਸ ਤੋਂ ਬਾਅਦ ਭੀੜ ਨੇ ਉਸ ਦੀ ਕਥਿਤ ਤੌਰ ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੋ थाना ਮੰਡੀ ਇਲਾਕੇ ਦੇ ਇਸ ਤੋਂ ਇਲਾਵਾ ਦੋ ਹੋਰ ਲੋਕ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਸਫਲ ਹੋ ਗਏ ਨੇ ਉਹ ਵੀ ਜ਼ਖਮੀ ਹੋਏ ਹਨ ਇਸ ਕਾਰਨ ਖੇਤਰ ਦੇ ਵਿੱਚ ਤਣਾਅ ਬਣਿਆ ਹੋਇਆ ਹੈ ਮਾਰੇ ਗਏ ਨੌਜਵਾਨ ਦਾ ਨਾਮ ਅਜੀਜ਼ ਢਾਰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਕੜਨਾ ਚਾਰ ਦੋਚੀਆਂ ਦੀ ਪਛਾਣ ਕਰ ਲਈ ਹਾਲਾਂਕਿ ਉਹ ਸਾਰੇ ਸਮੇਂ ਫਰਾਰ ਚੱਲੇ ਜਾ ਰਹੇ ਹਨ ਕੜਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਵਿਰੋਧ ਵੀ ਜਤਾਇਆ ਏ 14 ਦਿਨਾਂ ਬਾਅਦ ਜੈਪਾਲ ਭੁੱਲਰ ਦਾ ਕੀਤਾ ਗਿਆ ਸਸਕਾਰ ਭਰਾ ਨੇ ਹੱਥਕੜੀਆਂ ਨਾਲ ਹੀ ਪੰਨਿਆਂ ਕੜਾ ਦਿੱਤੀ ਚਿਖਾ ਨੂੰ ਅਗਣੀ ਬੀਤੀ 9 ਨੂੰ ਕੋਲਕਾਤਾ ਦੇ ਵਿੱਚ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਮੰਗਲਵਾਰ ਨੂੰ ਪੀਜੀਆਈ ਮੰਗਲਵਾਰ ਨੂੰ ਪੀਜੀਆਈ ਵਿੱਚ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਜੀਰਾਗੇਟ ਸ਼ਮਸ਼ਾਨਘਾਟ ਵਿੱਚ ਜੈਪਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਿਵਲ ਅਧਿਕਾਰੀ ਜੇਰੇ ਨਿਗਰਾਨੀ ਦੀ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਸਨ ਪਹਿਲਾਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਜੈਪਾਲ ਦੇ ਪ੍ਰਾ ਅਮਰਤਪਾਲ ਨੂੰ ਪੁਲਿਸ ਦੇ ਵੱਡੇ ਲਾਮ ਲਖਸ਼ਰ ਦੇ ਨਾਲ ਜੀਰਾਗੇਟ ਤੇ ਸ਼ਮਸ਼ਾਨਘਾਟ ਲਿਆਂਦਾ ਗਿਆ ਇਸ ਮੌਕੇ ਇਸ ਕਦਰ ਬੇਵੱਸੀ ਹੋਈ ਕਿ ਇੱਕ ਪੁਲਿਸ ਇੱਕ ਪਲ ਦੇ ਲਈ ਵੀ ਅਮਰਤਪਾਲ ਦੀਆਂ ਹੱਥਕੜੀਆਂ ਨਹੀਂ ਖੋਲੀਆਂ ਗਈਆਂ ਰਸਮਾਂ ਨਿਭਾਉਣ ਦੇ ਮੌਕੇ ਵੀ ਅਮਰਤਪਾਲ ਦੇ ਭਰਾ ਨੇ ਕੜਾ ਹੱਥਕੜੀਆਂ ਲਗੀਆਂ ਹੀ ਪੰਨਾ ਦੇ ਭਰਾ ਦੀ ਚਿਤਾ ਨੂੰ ਅੱਗ ਵੀ ਬੱਜੀਆਂ ਹੱਥਕੜੀਆਂ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਰਸਮ ਮਨਾਉਂਦੇ ਹੋਏ ਦੇਖੇ ਗਏ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਤੇ ਕੀਤੀ ਵੱਡੀ ਤਿਆਰੀ 50 ਟਰਾਲੀਆਂ ਨਾਦ ਲੈ ਕੇ ਪਹੁੰਚੇ ਵੱਡੀ ਖਬਰ ਹੈ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਦੋਸਤੋਂ ਵੱੱਟ ਤੋਂ ਵੱੱਟ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋਂ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ 26 ਜੂਨ ਨੂੰ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋ ਜਾਣ ਰਹੇ ਹਨ ਤੇ ਇਸ ਕਾਰਨ ਕਿਸਾਨਾਂ ਨੇ ਇੱਕ ਵਾਰ ਫਿਰ ਸਿੰਗੂ ਕੁੰਡਲੀ ਬਾਰਡਰ ਮੋਰਚੇ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਝੋਨੇ ਦੀ ਫਸਲ ਬੀਜਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਕੁੰਡਲੀ ਬਾਰਡਰ ਤੇ ਕਿਸਾਨ ਆਉਣੇ ਸ਼ੁਰੂ ਹੋ ਗਏ ਹਨ ਉਹ ਵੀ ਖੁਦ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਲੈ ਕੇ ਪੁੱਜ ਰਹੇ ਹਨ ਕਿਸਾਨਾਂ ਨੇ ਕੁੰਡਲੀ ਬਾਰਡਰ ਵਿੱਚ 골ਡਨ ਹਾਰਟ ਟਾਬੇ ਤੇ ਇੱਕ ਆਟਾ ਮਿੱਲ ਲਾਈ ਆ ਸਰਹੱਦ ਤੇ ਆਟੇ ਦੀ ਕੋਈ ਘਾਟ ਨਹੀਂ ਜ਼ਿਲ੍ਹੇ ਦੇ ਆਸ-ਪਾਸ ਕਿਸਾਨਾਂ ਨੇ 50 ਦੇ ਕਰੀਬ ਟਰਾਲੀਆਂ ਲੈ ਕੇ ਅਨਾਜ ਦੀਆਂ ਪੁੱਜੇ ਹਨ ਪੰਜਾਬ ਹਰਿਆਣਾ ਨੂੰ ਮੌਨਸੂਨ ਦੀ ਬੇਸਬਰੀ ਨਾਲ ਉਡੀਕ ਜਾਨੂ ਕੀ ਕਿਹਾ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮੌਸਮ ਮੌਨਸੂਨ ਅਗਲੇ 7 ਦਿਨਾਂ ਦੇ ਵਿੱਚ ਦਿੱਲੀ ਅਤੇ ਰਾਜਸਥਾਨ ਹਰਿਆਣਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਦਾਖਲ ਹੋਣ ਦੀ ਸੰਭਾਵਨਾ ਨਹੀਂ ਹੈ ਆਈਐਮਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਹੁਣ ਰਾਜਸਥਾਨ ਦਿੱਲੀ ਹਰਿਆਣਾ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਕਵਰ ਕੀਤਾ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਇਸ ਸਾਲ ਮਾਨਸੂਨ ਦੀ ਮੁੱਖ ਵਿਸ਼ੇਸ਼ਤਾ ਪੂਰਬੀ ਮੱਧ ਅਤੇ ਉੱਤਰ-ਪੱਛਮੀ ਭਾਰਤ ਨਾਲੋਂ ਆਮ ਨਾਲੋਂ ਪਹਿਲਾਂ ਦੀ ਸ਼ੁਰੂਆਤ ਹੈ ਹਾਲਾਂਕਿ ਅਗਲੇ 7 ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਨਹੀਂ ਪੀਐਮ ਮੋਦੀ ਨੇ ਗਰੀਬ ਕਲਿਆਣ ਯੋਜਨਾ ਬਾਰੇ ਲਿਆ ਵੱਡਾ ਫੈਸਲਾ 81 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹੋਵੇਗਾ ਲਾਭ ਪ੍ਰਧਾਨ ਮੰਤਰੀ ਮੋਦੀ ਦੀ ਨੁਮਾਇੰਦਗੀ ਵਿੱਚ ਬੋਧਵਾਰ ਨੂੰ ਕੇਂਦਰੀ ਵਜ਼ਾਰਤਾਂ ਦੀ ਬੈਠਕ ਹੋਈ ਇਸ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵਾਧੂ ਅਨਾਜ ਦੀ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਅਗਲੇ 5 ਮਹੀਨੇ ਜਾਨਕ ਜੁਲਾਈ ਤੋਂ ਨਵੰਬਰ 21 ਤੱਕ 81.35 ਕਰੋੜ ਲਾਭਪਾਤਰੀਆਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਪ੍ਰਤੀ ਵਿਅਕਤੀ 5 ਕਿਲੋ ਅਨਾਜ ਜੁ ਮਿਲੇਗਾ ਇਸ ਦੇ ਲਈ 67266.44 ਕਰੋੜ ਰੁਪਏ ਖਰਚ ਕੀਤੇ ਜਾਣਗੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਲਵੇਗਾ ਅਲਾਟਮੈਂਟ ਦਾ ਫੈਸਲਾ ਗਰੀਬ ਪਰਿਵਾਰਾਂ ਨੂੰ ਅਨਾਜ ਦੀ ਘਾਟ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗੌੜੇ ਵਿਜੇ ਮਾਲੀਆ ਨੀਰ ਮੋਦੀ ਤੇ ਮਹਿਲ ਚੌਕਸੀ ਨੂੰ ਵੱਡਾ ਝਟਕਾ 9317.17 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਅਰਬਾ ਰੁਪਏ ਦੇ ਘਟਾਲੇ ਦੇ ਵਿੱਚ ਭਗੌੜੇ ਦੋਚੀ ਵਿਜੇ ਮਾਲੀਆ ਨੀਰ ਮੋਦੀ ਤੇ ਮਹਿਲ ਚੌਕਸੀ ਨੂੰ ED ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਭਗੌੜੇ ਦੂਛੀ ਮਾਲੀਆ ਨੀਰਮੋਦੀ ਤੇ ਮਹਿਲ ਚੌਕਸੀ ਦੀ ਜ਼ਬਤ ਕੀਤੀ ਗਈ ਜਾਇਦਾਦ ਦਾ ਇੱਕ ਵੱਡਾ ਹਿੱਸਾ ਸਰਕਾਰੀ ਬੈਂਕ ਅਤੇ ਕੇਂਦਰ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ 18.170.2 ਦੀ ਜਾਇਦਾਦ ਜ਼ਬਤ ਕੀਤੀ ਸੀ ਜਿਸ ਨੂੰ ਸਰਕਾਰ ਨੂੰ 9317.17 ਕਰੋੜ ਰੁਪਏ ਐਸਐਸਟ ਬੈਂਕਸ ਅਤੇ ਕੇਂਦਰ ਸਰਕਾਰ ਨੂੰ ਟ੍ਰਾਂਸਫਰ ਕਰ ਦਿੱਤੇ ਗਏ ਹਨ ਨਰਵਿਕਨ ਬਿਜਲੀ ਸਪਲਾਈ ਨਾ ਮਿਲਣ ਤੇ ਕਿਸਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਕੀਤਾ ਜਾਮ ਗ੍ਰਿਡ ਨੂੰ ਘੇਰਿਆ ਝੋਨੇ ਦੀ ਬਜਾਈ ਲਈ ਕਿਸਾਨਾਂ ਵੱਲੋਂ ਨੇ ਧਾਰਤ ਕੀਤੀ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਂਦੀ ਲਲਤੋਂ ਕਲਾ ਸਬ ਡਿਵੀਜ਼ਨ ਗ੍ਰਿਡ ਦੇ ਨੇੜੇ ਪੈਂਦੇ ਕਿਸਾਨਾਂ ਨੇ ਕਿਸਾਨ ਯੂਨੀਅਨਾਂ ਦੀ ਅਗਵਾਈ ਹੇਠ ਸੜਕ ਜਾਮ ਕਰਕੇ ਗ੍ਰਿਡ ਦਾ ਘਰਾਓ ਕੀਤਾ ਤੇ 8 ਘੰਟੇ ਬਿਜਲੀ ਨਰਵਿਕਨ ਸਪਲਾਈ ਦੀ ਮੰਗ ਕਿਸਾਨ ਕਰ ਰਹੇ ਹਨ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਟਲ 골ਡਨ ਹਟ ਦੇ ਰਸਤੇ ਤੇ ਸਰਕਾਰ ਵੱਲੋਂ ਬੈਰੀਗੇਟਿੰਗ ਰਣਜੀਤ ਬਾਵਾ ਨੇ ਕੀਤੀ ਅਪੀਲ 7 ਮਹੀਨਿਆਂ ਤੋਂ ਵੱਧ ਕਿਸਾਨਾਂ ਅੰਦੋਲਨ ਦੀ ਸੇਵਾ ਕਰਨ ਵਾਲੇ ਸ਼ਖਸ ਦੇ ਕੰਮ ਵਿੱਚ ਸਰਕਾਰ ਵੱਲੋਂ ਰੁਕਾਵਟ ਪਾਈ ਜਾ ਰਹੀ ਹੈ ਇਸ ਗੱਲ ਦੀ ਜਾਣਕਾਰੀ ਰਣਜੀਤ ਬਾਵਾ ਨੇ ਇੱਕ ਪੋਸਟ ਵਿੱਚ ਸਾਂਝੀ ਕੀਤੀ RAM ਸਿੰਘ ਰਾਣਾ ਨਾਮ ਦਾ ਸ਼ਖਸ ਪਿਛਲੇ 7 ਮਹੀਨਾ ਤੋਂ ਕਿਸਾਨ ਅੰਦੋਲਨ ਵਿੱਚ ਦੁੱਧ ਪਾਣੀ ਅਤੇ ਲੰਗਰ ਦੀ ਸੇਵਾ ਕਰ ਰਿਹਾ ਹੈ ਰਾਮ ਸਿੰਘ ਰਾਣਾ ਦਾ ਸਰਹੱਦ ਤੇ ਗੋਲਡਨ ਹਟ ਨਾਂ ਦਾ ਹੋਟਲ ਆ ਤੇ ਤਿੰਨੇ ਬਾਰਡਰਾਂ ਦੇ ਕਿਸਾਨਾਂ ਲਈ ਸੇਵਾ ਨਿਭਾ ਰਿਹਾ ਹੈ ਉਸ ਦਾ ਦੂਜਾ ਹੋਟਲ ਕੁਰੂ ਖੇਤਰ ਦੇ ਵਿੱਚ ਮੌਜੂਦ ਹੈ ਜਿੱਥੇ ਸਰਕਾਰ ਨੇ ਬੈਰੀਗੇਡਿੰਗ ਲਾ ਕੇ ਸੜਕ ਨੂੰ ਬੰਦ ਕਰ ਦਿੱਤਾ ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰਕੇ ਮੰਗ ਕੀਤੀ ਹੈ ਕਿ ਰਸਤੇ ਨੂੰ ਤੁਰੰਤ ਖੋਲ੍ਹਿਆ ਜਾਵੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਹੈ ਕਿਸਾਨ ਅੰਦੋਲਨ ਨਹੀਂ ਹੋਇਆ ਕਮਜ਼ੋਰ ਰਾਕੇਸ਼ ਟਿਕਾੜ ਨੇ ਦੱਸੀ ਅਗਲੀ ਰਣਨੀਤੀ ਮੀਡੀਆ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਕਮਜ਼ੋਰ ਹੋ ਰਿਹਾ ਹੈ ਲੰਮਾ ਖਿੱਚਣ ਦੇ ਚੱਕਰ ਵਿੱਚ ਕਿਸਾਨ ਅੰਦੋਲਨ ਵਿੱਚ ਜੁਰਮ ਹੋਣ ਲੱਗੇ ਹਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕਾੜ ਨੇ ਸਪੱਸ਼ਟ ਕੀਤਾ ਹੈ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਤੇਜ਼ ਚੱਲ ਰਿਹਾ ਟਿਕਾੜ ਨੇ ਕਿਹਾ ਅੰਦੋਲਨ ਚੱਲ ਰਿਹਾ ਹੈ ਪਰ মিডিਆ ਨੇ ਇਸ ਨੂੰ ਦਿਖਾਉਣਾ ਬੰਦ ਕਰ ਦਿੱਤਾ ਅਸੀਂ ਵੀ ਕੋਈ ਵੱਡੀ ਕਾਲ ਨਹੀਂ ਦੇ ਰਹੇ ਨਹੀਂ ਤਾਂ মিডিਆ ਕਹੇਗਾ ਕਿ ਸਾਨੂੰ ਕਰੋਨਾ ਦੀ ਚਿੰਤਾ ਹੀ ਨਹੀਂ ਅਗਲੀ ਵਾਰ ਜਦੋਂ ਕੋਈ ਕਾਲ ਆਵੇਗੀ ਤਾਂ ਸੰਸਦ ਦਾ ਘਰਾਓ ਕੀਤਾ ਜਾਵੇਗਾ ਯੂਪੀ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਨੇ ਅਸੀਂ ਯੂਪੀ ਵਿਧਾਨ ਸਭਾ ਚੋਣਾਂ ਦੇ ਵਿੱਚ ਜੋਗੀ ਸਰਕਾਰ ਦਾ ਵਿਰੋਧ ਕਰਾਂਗੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਰੋਜੀ ਰੋਟੀ ਕਮਾਉਣ ਲਈ ਇਟਲੀ ਗਿਆ ਪੰਜਾਬੀ ਨੌਜਵਾਨ ਦੀ ਮੌਤ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਦੇ ਸੁਨਹਿਰੇ ਭੁੱਖ ਦੀ ਆਸ ਲੈ ਕੇ ਜਾਂਦੇ ਹਨ अनेका ਪੰਜਾਬੀ ਨੌਜਵਾਨ ਜ਼ਿੰਦਗੀ ਤੇ ਸੰਘਰਸ਼ ਨਾਲ ਜੂਸਦੇ ਹੋਏ ਮੌਤ ਦੇ ਮੂੰਹ ਵਿੱਚ ਪੈਂਦੇ ਹਨ ਇਸੇ ਤਰ੍ਹਾਂ ਹੀ ਇੱਕ ਹੋਰ ਰੋਜੀ ਰੋਟੀ ਕਮਾਉਣ ਗਿਆ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ ਦਾ ਨੌਜਵਾਨ ਇਟਲੀ ਦੇ ਵਿੱਚ ਹਾਰਟ ਅਟੈਕ ਦੀ ਮੌਤ ਨਾਲ ਮਰ ਗਿਆ ਜਿਹੜਾ ਤਿੰਨ ਆਪਣੇ ਪਿੱਛੇ ਧੀਆਂ ਛੱਡ ਗਿਆ ਧੀਆਂ ਦੀ ਮਾਂ ਵੀ ਹੈ ਨਹੀਂ ਲੈਂਬਰ ਹੁਸੈਨਪੁਰੀ ਦੀ ਸਾਲੀ ਨੂੰ ਮਨੀਸ਼ਾ ਗੁਲਾਟੀ ਦੀ ਫਟਕਾਰ ਜੇ ਇਲਜ਼ਾਮ ਗਲਤ ਹੋਏ ਤਾਂ ਉਸ ਤੇ ਕਾਰਵਾਈ ਹੋਵੇਗੀ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਆਪਣੀ ਪਤਨੀ ਨਾਲ ਵਿਵਾਦ ਖਤਮ ਹੋ ਚੁੱਕਾ ਦੋਵੇਂ ਇਕੱਠੇ ਹਨ ਖੁਸ਼ਹਾਲ ਤੇ ਪਰਿਵਾਰ ਦੇ ਨਾਲ ਮਿਲ ਕੇ ਰਹਿ ਰਹੇ ਹਨ ਦੂਜੇ ਪਾਸੇ ਉਲਟ ਉਸ ਦੀ ਸਾਲੀ ਰਜਨੀ ਵੱਲੋਂ ਉਸ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਜਾ ਰਹੇ ਹਨ ਇਸ ਗੱਲ ਦਾ ਖੁਲਾਸਾ ਬੀਤੇ ਦਿਨੀ ਲੈਂਬਰ ਦੀ ਸਾਲੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਉਸ ਦਾ ਸਾਲਾ ਵੀ ਉਹ ਸਾਲੀ ਦਾ ਪਤੀ ਵੀ ਨਾਲ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਕੋਲੇ ਲੈਂਬਰ ਦੇ ਖਿਲਾਫ ਕੁਝ ਹੋਰ ਸਬੂਤ ਹਨ ਜਿਨ੍ਹਾਂ ਦੇ ਚਲਦਿਆਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਦੋਂ ਇਹ ਮਾਮਲਾ ਮੂਡ ਮਹਿਲਾ ਕਮਿਸ਼ਨ ਮਹਿਲਾ ਅਧਿਕਾਰ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਕੋਲੇ ਪਹੁੰਚਾ ਤਾਂ ਉਹਨਾਂ ਨੇ ਲੈਂਬਰ ਦੀ ਸਾਲੀ ਨੂੰ ਫਟਕਾਰ ਲਈ ਜੇਕਰ ਤੁਹਾਡੇ ਕੋਲੇ ਸਬੂਤ ਹਨ ਤਾਂ ਉਹ ਸ਼ਿਕਾਇਤ ਕਰ ਸਕਦੇ ਨੇ ਪਰ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਸ਼ਿਕਾਇਤ ਕੀਤੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਤੋਂ ਮਿਲੀ ਰਾਹਤ ਫਟਾਫਟ ਫੁੱਲ ਕਰਵਾ ਲਓ ਆਪਣੀ ਟੈਂਕੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਤੇ ਰਾਜਸਥਾਨੀ ਸਮੇਤ ਕਈ ਸ਼ਹਿਰਾਂ ਦੇ ਵਿੱਚ ਰੇਟਾਂ ਦਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ 22 ਜੂਨ ਨੂੰ ਤੇਲ ਕੰਪਨੀਆਂ ਵੱਲੋਂ ਪੈਟਰੋਲ ਦੀਆਂ ਕੀਮਤਾਂ ਵਿੱਚ 28 ਤੇ ਡੀਜ਼ਲ ਵਿੱਚ 26 ਪੈਸੇ ਵਾਧਾ ਕੀਤਾ ਗਿਆ ਹੈ। ਕਾਂਗਰਸ ਦੇ ਕਲੇਸ਼ ਤੇ ਹਾਈ ਕਮਾਂਡ ਸਖਤ ਸਟੈਂਡ ਕੈਪਟਨ ਨੂੰ ਦਿੱਤੀ ਡੈਡਲਾਈਨ। ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸਿਕੰਜਾ ਕੱਸ ਦਿੱਤਾ ਹੈ। ਹਾਈ ਕਮਾਂਡ ਨੇ ਕੈਪਟਨ ਨੂੰ ਵਾਅਦੇ ਪੂਰੇ ਕਰਨ ਦੀ ਡੈਡਲਾਈਨ ਦਿੱਤੀ ਹੈ। ਹਾਈ ਕਮਾਂਡ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕਾਂ ਦੇ ਨਾਲ ਕੀਤੇ ਵਾਅਦੇ ਤੈਅ ਸਮੇਂ ਦੇ ਵਿੱਚ ਪੂਰੇ ਕੀਤੇ ਜਾਣ ਨਹੀਂ ਤਾਂ ਕੈਪਟਨ ਨੂੰ ਫਿਰ ਗੋਲ ਕਰ ਦਿੱਤਾ ਜਾਵੇਗਾ ਇਹ ਚਰਚਾ ਹੈ ਕਿ ਹਾਈ ਕਮਾਂਡ ਦੀ ਸ਼ਕਤੀ ਤੋਂ ਕੈਪਟਨ ਕਾਫੀ ਖਫਾ ਨੇ ਤੇ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੇ ਬਗੈਰ ਹੀ ਪੰਜਾਬ ਪਰਤ ਆਏ ਕਾਂਗਰਸ ਇਨ ਚਾਰਜ ਹਰੀਸ਼ ਦਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਬਦਬੀ ਅਤੇ ਨਸ਼ੇ ਦੇ ਮੁੱਦੇ ਦਾ ਹੱਲ ਕੱਢਿਆ ਜਾਵੇਗਾ ਸਿੱਧੂ ਦੀ ਬਿਆਨਬਾਜ਼ੀ ਦਾ ਵੀ ਨੋਟਿਸ ਲਿਆ ਗਿਆ ਹੈ ਸਿੱਧੂ ਨੂੰ ਵੀ ਦਿੱਲੀ ਬੁਲਾਇਆ ਜਾਵੇਗਾ ਇਸ ਦੇ ਨਾਲ ਹੀ ਕੈਪਟਨ ਨੂੰ ਵਾਅਦੇ ਪੂਰੇ ਕਰਨ ਲਈ ਹਾਈ ਕਮਾਂਡ ਨੇ ਡੈਡ ਲਾਈਨ ਦੇ ਦਿੱਤੀ ਹੈ ਜਿੱਦਾਂ ਹੀ ਪੰਜਾਬ ਦੇ ਵਿੱਚ ਚੋਣਾ ਆ ਰਹੀਆਂ ਨੇ ਝਗੜੇ ਵਧਦੇ ਜਾ ਰਹੇ ਹਨ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਨੇ ਖੋਲੇ ਆਪਣੇ ਦਰ ਵੱਡੀ ਪੱਧਰ ਤੇ ਕਾਮਿਆਂ ਦੀ ਲੋੜ ਫਿਨਲੈਂਡ ਕਈ ਕੋਈ ਵੀ ਅਜਿਹਾ ਸ਼ਖਸ ਨਹੀਂ ਜੋ ਖੋਜਣਾ ਹੋਵੇ ਪਰ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਨੇ ਆਪਣੀ ਬਜ਼ੁਰਗ ਹੁੰਦੀ ਆਬਾਦੀ ਤੋਂ ਨਾ ਖੁਸ਼ ਇਸ ਕਾਰਨ ਮਨੁੱਖੀ ਕਿਰਤ ਦਾ ਸੰਕਟ ਪੈਦਾ ਹੋ ਗਿਆ ਜਿੱਥੇ ਲੋਕ ਕੰਮ ਨਹੀਂ ਕਰ ਰਹੇ ਅਜਿਹੀ ਸਥਿਤੀ ਦੇ ਵਿੱਚ ਫਿਨਲੈਂਡ ਚਾਹੁੰਦਾ ਹੈ ਕਿ ਦੂਜੇ ਦੇਸ਼ਾਂ ਤੋਂ ਲੋਕ ਇੱਥੇ ਆ ਕੇ ਰਹਿਣ ਟੈਲੈਂਟਡ ਸੋਲਿਊਨਸ ਨਾਂ ਦੀ ਭਰਤੀ ਕਰਨ ਵਾਲੀ ਏਜੰਸੀ ਸਾਕੂ ਤੇ ਇਹ ਵੇਰਵਿਆਂ ਦੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹੁਣ ਵਿਆਪਕ ਤੌਰ ਤੇ ਸਵਾਰਕਰ ਕਰ ਲਿਆ ਕਿ ਸਾਨੂੰ ਦੇਸ਼ ਦੇ ਵਿੱਚ ਵੱਡੀ ਆਬਾਦੀ ਦੀ ਲੋੜ ਹੈ ਸਾਨੂੰ ਬੁੱਢੇ ਲੋਕਾਂ ਦੀ بجائے ਨੌਜਵਾਨ ਨੂੰ ਲੈਣ ਦੀ ਲੋੜ ਹੈ ਸਾਨੂੰ ਕਾਮਕਾਜੀ ਲੋਕ ਚਾਹੀਦੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੈਪਾਲ ਦੇ ਜੈਪਾਲ ਭੁੱਲਰ ਦੇ ਮੋੜ ਹੋਏ ਪੋਸਟਮਾਰਟਮ ਦੀ ਰਿਪੋਰਟ ਤੇ ਪਿਤਾ ਨੇ ਚੁੱਕੇ ਸਵਾਲ ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਕਤਲ ਕੇਸ ਦੇ ਵਿੱਚ ਲੁੜਿੰਦੇ ਕੋਲਕੱਤਾ ਚੋਂ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਦੀ ਲਾਸ਼ ਕੱਲ ਪੀਜੀਆਈ ਚੰਡੀਗੜ੍ਹ ਤੋਂ ਮੋੜ ਪੋਸਟਮਾਰਟਮ ਕੀਤਾ ਗਿਆ ਸੋ ਪੰਜਾਬ ਅਤੇ ਹਰਿਆਣਾ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕੀਤਾ ਗਿਆ ਪੁੱਲਰ ਨੇ ਪੁੱਲਰ ਦੇ ਪਿਤਾ ਨੇ ਮੋੜ ਆਈ ਰਿਪੋਰਟ ਤੇ ਇੱਕ ਵਾਰ ਫਿਰ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਜੀ ਉਸ ਦੇ ਸਰੀਰ ਤੇ 22 ਸੱਟਾਂ ਦੇ ਨਿਸ਼ਾਨ ਹਨ ਤਾਂ ਫਿਰ ਇਹ ਨਿਸ਼ਾਨ ਕਿੱਥੋਂ ਆਏ ਉਹਨਾਂ ਨੇ ਕਿਹਾ ਜੀ ਪੀਜੀਆਈ ਦੀ ਇਸ ਰਿਪੋਰਟ ਤੋਂ ਸੰਤੁਸ਼ਟ ਹਨ ਸਾਫ ਹੈ ਕਿ ਇਹ ਰਿਪੋਰਟ ਵੱਡੇ ਅਫਸਰਾਂ ਦੇ ਦਬਾਅ ਹੇਠ ਆ ਕੇ ਤਿਆਰ ਕੀਤੀ ਗਈ ਹੈ ਜੰਤਰ ਮੰਤਰ ਵਿਖੇ ਕਿਸਾਨਾਂ ਦੇ ਸਮਰਥਨ ਚ ਹੋ ਰਹੇ ਧਰਨੇ ਚ ਮੁੱਖ ਮੰਤਰੀ ਕੈਪਟਨ ਵੀ ਹੋ ਸਕਦੇ ਨੇ ਸ਼ਾਮਲ ਸੂਤਰ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਕਿਸਾਨਾਂ ਦੇ ਸਮਰਥਨ ਦੇ ਵਿੱਚ ਦਰਨੇ ਵਿੱਚ ਸ਼ਾਮਲ ਹੋ ਸਕਦੇ ਨੇ 8 MP ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਮੁਤਾਬਕ ਇਹ ਤੈਅ ਨਹੀਂ ਪਰ ਕੈਪਟਨ ਹਾਲੇ ਵੀ ਦਿੱਲੀ ਵਿੱਚ ਰੁਕੇ ਨੇ ਹੋ ਸਕਦਾ ਰਾਹੁਲ ਗਾਂਧੀ ਵੀ ਦਰਨੇ ਦੇ ਵਿੱਚ ਸ਼ਾਮਲ ਹੋਣ ਕਿਆਸ ਲਾਏ ਜਾ ਰਹੇ ਹਨ ਕਿਸਾਨਾਂ ਦੇ ਸਮਰਥਨ ਲਈ ਪੰਜਾਬ ਤੋਂ ਹੋਰ ਵੀ ਸੰਸਦ ਮੈਂਬਰ ਸ਼ਾਮਲ ਹੋਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਕੱਲ ਦਿੱਲੀ ਮੀਟਿੰਗ ਲਈ ਗਏ ਸੀ ਅਤੇ ਇਹ ਮੀਟਿੰਗ 3 ਘੰਟੇ ਹੀ ਚੱਲੀ ਸੀ ਕਾਂਗਰਸ ਤੇ ਸੰਕਟ ਰਾਜਸਥਾਨ ਪੰਜਾਬ ਤੋਂ ਬਾਅਦ ਝਾਰਖੰਡ ਦੇ ਪਾਰਟੀ ਨੇਤਾ ਨਾਰਾਜ ਚਾਰ ਵਿਧਾਇਕਾਂ ਨੇ ਦਿੱਲੀ ਵਿੱਚ ਲਾਏ ਡੇਰੇ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਸ਼ੁਰੂ ਹੋਇਆ ਸੰਕਟ ਹੁਣ ਰੁਕਾਂ ਦਾ ਨਾਮ ਨਹੀਂ ਲੈ ਰਿਹਾ ਰਾਜਸਥਾਨ ਤੇ ਪੰਜਾਬ ਤੋਂ ਬਾਅਦ ਝਾਰਖੰਡ ਕਾਂਗਰਸ ਵੀ ਵਿਵਾਦਾਂ ਦੀਆਂ ਖਬਰਾਂ ਆ ਰਹੀਆਂ ਨੇ ਰਾਜ ਦੇ ਸਰਕਾਰ ਤੋਂ ਨਾਰਾਜ ਚਾਰ ਕਾਂਗਰਸੀ ਵਿਧਾਇਕ ਦਿੱਲੀ ਵਿੱਚ ਕਾਂਗਰਸ ਦੇ ਜੌਮ ਕੌਮੀ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਨੂੰ ਮਿਲਣਗੇ ਇਹ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸ ਨੇਤਾ ਸਚਨ ਪਾਇਲਟ ਵਿੱਚਕਾਰ ਵਿਵਾਦ ਚੱਲ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤਿੰਰ ਨਵਜੋਤ ਸਿੰਘ ਵਿਚਾਲੇ ਵੀ ਤਕਰਾਰ ਚੱਲ ਰਿਹਾ ਹੈ ਛਤੀਸਗੜ੍ਹ ਦੇ ਮੁੱਖ ਮੰਤਰੀ ਉਪੇਸ਼ ਬਗੇਲ ਅਤੇ ਟੀ ਐਮ ਸੀ ਸਿੰਘ ਦਿਓ ਦੇ ਵਿੱਚ ਵੀ ਵਿਵਾਦ ਚਰਚਾ ਚੁਆ ਆ ਤੇ ਹੁਣ ਝਾਰਖੰਡ ਦੇ ਵਿੱਚ ਵੀ ਵਿਵਾਦ ਦਿਖਾਈ ਦੇ ਰਿਹਾ ਹੈ ਲੁਧਿਆਣਾ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਪਿਉ ਨੇ 1.5 ਸਾਲ ਦੀ 32 ਦੇ ਨਾਲ ਕੀਤੀ ਦਰਿੰਦਗੀ ਲੁਧਿਆਣਾ ਦੀ ਬਸਤੀ ਜੋਧੇਵਾਲਾ ਵਿੱਚ ਰਹਿੰਦੇ ਇੱਕ ਪਿਓ ਦੀ ਦਰਿੰਦਗੀ ਸਾਹਮਣੇ ਆਈ ਆਪਣੀ ਹੀ ਇੱਕ 1.5 ਸਾਲ ਦੀ ਦੇ 1 ਸਾਲ 9 ਮਹੀਨੇ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਹੈਰਾਨੀ ਦੀ ਗੱਲ ਹੈ ਕਿ ਲਗਾਤਾਰ ਦੂਜੇ ਦਿਨ ਇਹ ਕਾਰਾ ਕਰ ਰਿਹਾ ਜਦੋਂ ਲੜਕੀ ਦੀ ਮਾਂ ਨੇ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਘਰਤੂਤ ਵੇਖ ਕੇ ਹੈਰਾਨ ਲੱਗੀ ਬੱਚੀ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲੇ ਗਈ ਤੇ ਇਸ ਦੀ ਜਾਣਕਾਰੀ ਥਾਣੇ ਦੇ ਵਿੱਚ ਦਿੱਤੀ ਦੂਜੇ ਪਾਸੇ ਲੜਕੀ ਦਾ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵਿਰਾਟ ਕੋਹਲੀ ਨੇ ਪੈਪਸੀ ਨਾਲ ਤੋੜਿਆ ਨਾਤਾ ਕਰੋੜਾਂ ਦੇ ਆਫਰ ਨੂੰ ਮਾਰ ਦਿੱਤੀ ਠੋਕਰ ਦਿੱਤਾ ਇਹ ਬਿਆਨ। ਦਿੱਗਜ ਫੁੱਟਬਾਲਰ ਰোনালਡੋ ਦੌਰਾਨ 2020 ਦੇ ਯੂਰਪ ਕੱਪ ਦੇ ਦੌਰਾਨ ਆਪਣੇ ਨਾਲ ਇੱਕ ਵਕਰੀ ਘਟਨਾ ਦੇ ਚਲਦਿਆਂ ਸੁਰੱਖੀ ਵਿੱਚ ਹਨ ਉਹ ਪੁਰਤਗਾਲ ਦੇ ਪਹਿਲੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੈਂਸ ਦੇ ਦੌਰਾਨ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਚੁੱਕ ਕੇ ਸਾਈਡ ਤੇ ਰੱਖ ਦਿੱਤਾ ਸੀ ਨਾਲ ਹੀ ਪਾਣੀ ਦੀ ਬੋਤਲ ਚੋਕੇ ਉਸ ਦਾ ਸਮਰਥਨ ਕੀਤਾ ਸੀ ਇਸੇ ਤਰ੍ਹਾਂ ਉਹਨਾਂ ਨੇ ਸੌਫਟ ਡਰਿੰਕ ਨਾ ਪੀਣ ਦਾ ਸੰਦੇਸ਼ ਦਿੱਤਾ ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਰোনালਡੋ ਦੀ ਇਸ ਹਰਕਤ ਦੀ ਚਰਚਾ ਹੋ ਰਹੀ ਸੀ ਤੇ ਉੱਤੇ ਕੋਕਾ ਕੋਲਾ ਨੂੰ ਨੁਕਸਾਨ ਚੁੱਕਣਾ ਪਿਆ ਉਸ ਦੇ ਸ਼ੇਰਾਂ ਦੇ ਵਿੱਚ ਕਾਫੀ ਕੀਮਤਾਂ ਦੇ ਵਿੱਚ ਗਰਾਵਟਾਈ ਸੀ ਹਾਲਾਂਕਿ ਉਸ ਤੋਂ ਬਾਅਦ ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਸ ਸਮੇਂ ਪੈਪਸੀ ਨਾਲ ਆਪਣਾ 6 ਸਾਲਾ ਪੁਰਾਣਾ ਸਾਥ ਛੱਡ ਦਿੱਤਾ ਉਹਨਾਂ ਨੇ ਕਿਹਾ ਜੀ ਉਹ ਵੀ ਸੌਫਟ ਡਰਿੰਕ ਨਾ ਪੀਣ ਦਾ ਇਹ ਫੈਸਲਾ ਲਿਆ ਕੋਲੀ ਵੱਲੋਂ ਕਿਹਾ ਗਿਆ ਕਿ ਉਹ ਖੁਦ ਵੀ ਸੌਫਟ ਡਰਿੰਕ ਨਹੀਂ ਪੀਂਦੇ ਇਸ ਲਈ ਇਸ ਦਾ ਪ੍ਰਚਾਰ ਵੀ ਕਰਨਾ ਸਹੀ ਨਹੀਂ ਹੋਵੇਗਾ। ਸਰਯੇ ਨਾਲ ਲੱਦੇ ਟਰਾਲੇ ਦੇ ਨਾਲ ਟੱਕਰਾਈ ਟੂਰਿਸਟ ਬੱਸ ਦੋ ਦੀ ਮੌਤ ਕਈ ਜ਼ਖਮੀ ਸੋ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇ ਦੇ ਉੱਪਰ ਇਹ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰਿਆ। ਕਿਸਾਨਾਂ ਦੇ ਲਈ ਖੁਸ਼ਖਬਰੀ 30 ਜੂਨ ਤੱਕ ਕਰਵਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਨੁਕਸਾਨ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨidhi ਯੋਜਨਾ ਤਹਿਤ ਖਾਤੇ ਵਿੱਚ 2000 ਰੁਪਏ ਦੀ ਅਗਲੀ ਕਿਸ਼ਤ ਬਾ ਦਿੱਤੀ ਹੈ ਅਜਿਹੇ ਵਿੱਚ ਕੁੱਝ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਿਆ ਇਹ ਖਬਰ ਉਨ੍ਹਾਂ ਲਈ ਨਵੇਂ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹਨ ਜੋ ਇਸ ਯੋਜਨਾ ਦੇ ਵਿੱਚ ਸ਼ਾਮਲ ਹਨ ਜਿਨ੍ਹਾਂ ਕੋਲੇ ਰਜਿਸਟਰਡ ਨਹੀਂ ਹਨ ਜੇ ਤੁਹਾਡੇ ਕੋਲੇ ਦਸਤਾਵੇਜ਼ ਹਨ ਤਾਂ 30 ਜੂਨ ਤੱਕ ਰਜਿਸਟਰਡ ਕਰਵਾ ਲਓ ਜਿਸ ਨਾਲ ਤੁਹਾਨੂੰ ਆਸਾਨੀ ਦੇ ਨਾਲ 4000 ਰੁਪਏ ਦੀ ਡਬਲ ਕਿਸ਼ਤ ਮਿਲ ਜਾਵੇਗੀ ਰਜਿਸਟ੍ਰੇਸ਼ਨ ਉਹਨਾਂ ਕਿਸਾਨਾਂ ਨੂੰ ਕਰਵਾਣੀ ਪਵੇਗੀ ਜਿਨ੍ਹਾਂ ਨੇ ਅਜੇ ਤੱਕ ਇਸ ਦਾ ਲਾਭ ਨਹੀਂ ਲਿਆ ਸੋ 30 ਜੂਨ ਤੱਕ ਤੁਹਾਨੂੰ 400 ਰੁਪਏ ਦਾ ਨਹੀਂ ਤਾਂ ਨੁਕਸਾਨ ਹੋ ਜਾਵੇਗਾ ਪਾਣੀ ਦੇ ਵਿਵਾਦ ਚ ਖੂਨੀ ਖੇੜ ਪੰਜਾਬ ਪੁਲਿਸ ਨੇ ਐਸਆਈ ਪੰਜਾਬ ਪੁਲਿਸ ਦੇ ਐਸਆਈ ਨੇ ਚਾਕੂ ਮਾਰ ਕੇ ਕਰ ਦਿੱਤੀ ਭਾਬੀ ਦੀ ਹਤਿਆ ਪਾਣੀ ਨੂੰ ਲੈ ਕੇ ਦੋ ਪਰਾਵਾਂ ਵਿੱਚ ਪਹਿਲਾ ਵਿਵਾਦ ਹੋਇਆ ਫਿਰ ਪੰਜਾਬ ਪੁਲਿਸ ਨੂੰ ਬਤੌਰ ਐਸਆਈ ਤਨਾਇ ਤੇ ਇੱਕ ਪੁਰਾਣੇ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਪਾਪਲਾ ਚੰਡੀਗੜ੍ਹ ਦੇ ਰਾਮ ਦਰਬਾਰ ਦੇ ਵਿੱਚ ਦੇਰ ਰਾਤ ਕਰੀਬ 12 ਵਜੇ ਦਾ ਹੈ ਮੁੱਲਜਮ ਦੀ ਪਛਾਣ ਹਰਸਵ ਰੂਪ ਦੇ ਵਜੋਂ ਹੋਈ ਹੈ ਹਰਸਵ ਰੂਪ ਤੇ ਉਸ ਦੇ ਭਰਾਵਾਂ